ਚੱਲ ਹੋ ਜਾਗਾ ਤਿਆਰ, ਖੁਸ਼ੀ ਦੀ ਮਾਰੀ ਇਦਾਂ ਭੱਜੀ ਫਿਰਨਾ ਵਾ। ਬਸ ਸੇਰੀ ਵਾਹਣ ਵਾਲਾ ਵਾ, ਮੈਂ ਲਾ ਬਸ ਤਿਆਰ ਹੀ ਤਿਆਰ। ਹੋਰ ਕੀ, ਅੱਜ ਤਾਂ ਪੈਰ ਹੀ ਨੀ ਲੱਗਣ ਦੇ ਜ਼ਮੀਨ ਨਾਲ, ਹਨਾ ਇਦਾਂ ਹੀ ਆ ਨਾ। ਫਿਰ ਮੈਨੂੰ ਚਾਹ ਪਤਾ ਕਿੰਨਾ ਵਾ ਵਾਂਡੇ ਜਾਣ ਦਾ। ਹੋ ਜਾ ਤਿਆਰ, ਮੈਨੂੰ ਆਵਾਜ਼ ਮਾਰ ਲਈ, ਫਿਰ ਮੈਂ ਮਿਸਤਰੀਆਂ ਲਾਗੇ ਮਾੜਾ ਚੱਲਿਆ। ਵੇਲੋ ਮਿਸਤਰੀਆਂ ਵੱਲ ਨਾ ਜਾਓ ਵੀ, ਉਧਰ ਨੂੰ ਚੱਲੀਏ ਵੀ। ਉਹਨਾਂ ਮੈਨੂੰ ਬੰਨ ਤੇ ਨੀ ਲੈਣਾ, ਬੰਨਣ ਦੀ ਥੋੜਾ ਗੱਲ ਆ, ਕਿੰਨਾ ਟਾਈਮ ਉਧਰ ਵੇਸਟ ਹੋ ਜਾਣਾ ਵਾ। ਵੇਲੋ ਹਾਂ ਚੱਲੀਏ ਛੇਤੀ। ਜਦੋਂ ਤੁਰਨਾ ਹੋਗਾ ਨਾ ਆਵਾਜ਼ ਮਾਰ ਲਈ, ਮੈਂ ਆ ਜਾਣਾ, ਕੋਈ ਗੱਲ ਨਹੀਂ। ਜਾ ਸਿਰ ਸੁਰ ਵਾਹ ਚੰਗੀ ਤਰ੍ਹਾਂ, ਹੁਣੇ ਮੈਂ ਸਿਰ ਵਾਲਣਾ। ਆ ਜਾਊਗਾ ਉਧਰ ਨਾ ਜਾਇਓ। ਮੈਂ ਕਹੀ ਜਾਣ ਡਿਆ ਵਾ, ਦੋ ਮਿੰਟ ਮੈਨੂੰ ਵੇਖ, ਹੁੰਦੇ ਕੰਮ ਕਾਰ ਕੀ ਡਿਆ ਕਰਨ। ਉਂਝ ਹੀ ਸੜਿਆ ਜਿਹਾ ਆਉਂਦਾ ਹੋਣਾ ਕਿ ਵੱਧ ਤੋਂ ਵੱਧ ਇਹਦਾ ਟਾਈਮ ਵੇਸਟ ਇੱਥੇ ਹੀ ਹੋ ਜੇ, ਕਿ ਉੱਥੇ ਨਾ ਚਾਹ ਜ਼ਿਆਦਾ ਚਿਰ ਕਿਤੇ ਬਹਿਣਾ ਪੈ ਜੇ। ਮਿਸਤਰੀਆਂ ਵੱਲ ਚੱਲ ਜਾ। ਮੰਮੀ, ਅਪ੍ਰੀਤ ਨੇ ਕੀ ਪਖੰਡ ਫੜਿਆ ਵਾ, ਹੁਣ ਮੈਨੂੰ ਫੋਨ ਕਰੀ ਜਾਣ ਡਈ ਆ ਕਿ ਮੈਂ ਨਾਨਕੇ ਚੱਲੀ ਆ, ਉੱਥੇ ਆ ਜਾ, ਉੱਥੇ ਆਣ ਕੇ ਮੇਰੇ ਕੋਲ ਰੱਖੜੀ ਬਣਵਾ ਲਾ। ਹੈ ਸ਼ਦੈਨ, ਮੈਂ ਉਹਦਾ ਇੱਥੇ ਫੋਨ ਡੀਕਣ ਡਈ ਆ, ਉਹਨੇ ਤੈਨੂੰ ਫੋਨ ਲਾਤਾ ਵਾ। ਉਹ ਲਾ ਤੇ ਮੈਨੂੰ ਦਿੱਤਾ ਵਾ, ਹੁਣ ਇਹ ਦੱਸੋ ਵੀ ਕਰਨਾ ਕੀ ਆ। ਤੇ ਜਾਣਾ ਹੀ ਪੈਣਾ ਆ, ਜੇ ਉਹ ਤੈਨੂੰ ਡਈ ਫੋਨ ਕਰਨ ਵੀ ਆ ਜਾਓ ਉੱਥੇ ਰੱਖੜੀ ਬਣਾ ਲਓ, ਤੇ ਚੱਲ ਫਿਰ ਚੱਲੀਏ। ਮੰਮੀ, ਉਹਨੂੰ ਕਿਹਾ ਚੁੱਪ ਕਰਕੇ ਜਾ ਕੇ ਤੇ ਗੌਰਵ ਨੂੰ ਬੰਨ ਦੇ, ਉਹ ਮੇਰੀ ਰੱਖੜੀ ਆ, ਫਿਰ ਕੀ ਹੋ ਗਿਆ ਵਾ। ਵੇ ਨਾ ਇੱਦਾਂ ਕਰ, ਸੁਖੀ ਸਾਂਦੀ ਸਾਲ ਬਾਅਦ ਕਿਤੇ ਤਿਉਹਾਰ ਆਉਂਦਾ ਵਾ, ਤੇ ਰੱਖੜੀ ਬਣਾ ਲਾ ਚੁੱਪ ਕਰਕੇ। ਉਹਦੇ ਨਾਲ ਵੱਧ ਤੇ ਤੁਸੀਂ ਕਾਲੇ ਜੇ, ਤੇ ਫਿਰ ਕਾਲੀ ਹੋਵਾਂ ਨਾ। ਹੁਣ ਉਹਨੂੰ ਕਿੰਨੀ ਖਿੱਚ ਵੱਜਣ ਡੀ ਵੀ ਮੈਂ ਆਪਣੇ ਵੀਰ ਨੂੰ ਰੱਖੜੀ ਬੰਨਣੀ ਆ, ਤੇ ਤੂੰ ਨਾਗਲੀ ਦਾ ਨਾ ਨੁਕਰ ਕਰੀ ਜਾਣ ਡਿਆ ਵਾ। ਚਲੋ ਠੀਕ ਆ, ਚੱਲ ਜਾਂਦੇ ਆ, ਇਹਦਾ ਕੀ ਕਰਨਾ ਵਾ, ਇਹ ਘਰ ਇਕੱਲੀ ਰਹੂਗੀ। ਤੇ ਇਕੱਲੀ ਨੂੰ ਕੀ ਆ, ਅਸੀਂ ਦਿਨੇ ਦਿਨੇ ਜਾਣਾ ਵਾ ਤੇ ਆ ਜਾਣਾ ਵਾ, ਇਹਨੂੰ ਕਿਹਾ ਇਕੱਲੀ ਨੂੰ ਜ਼ੋਰ ਪੈਣ ਡਏ ਨੇ। ਉਹ ਤਾਂ ਤਿਆਰ ਹੋਈਏ, ਚਲੋ ਛੇਤੀ ਘਰ ਆ ਜਾ, ਆ ਜਾ ਮੁੜ ਕੇ ਵੀ ਆਉਣਾ ਫਿਰ। ਅੱਛਾ ਫਿਰ ਮੈਨੂੰ ਜਾਣਾ ਪੈਣਾ, ਤੇ ਤੂੰ ਇੱਦਾਂ ਕਰੀ ਵੀ ਕੁੰਡਾ ਮਾਰ ਲਈ ਅੰਦਰੋਂ, ਬਾਕੀ ਆਪਾਂ ਕੋਸ਼ਿਸ਼ ਕਰਾਂਗੇ ਕਿ ਟਾਈਮ ਨਾਲ ਜਾ ਕੇ ਨਾ ਤੇ ਟਾਈਮ ਨਾਲ ਹੀ ਆ ਜਾਈਏ। ਜਾਓ, ਮੈਂ ਕਿਹੜਾ ਤੁਹਾਨੂੰ ਰੋਕਣ ਡਈ ਆ, ਜਾਣਾ ਚਾਹੀਦਾ ਆ। ਚੱਲ ਨਾਰਾਜ਼ ਕਿਉਂ ਹੋਈ ਜਾਂਦੀ ਆ? ਬਾਬਾ ਮੈਂ ਥੋੜ੍ਹੀ ਨਾਰਾਜ਼ ਹਾਂ। ਤੇ ਫਿਰ ਹੱਸ ਕੇ ਵਿਖਾ ਹਾਂ ਇੱਕ ਵਾਰੀ। ਨਹੀਂ ਜਾਓ, ਗੁੱਸਾ ਤੇ ਇਹ ਗੱਲ ਦਾ ਹੀ ਆਇਆ ਮਾੜਾ ਜਿਹਾ ਕਿ ਮੰਮੀ ਨੇ ਕਿੱਦਾਂ ਕਿਹਾ ਸੀ ਇਹਨੂੰ, ਕਿਹੜੇ ਚੋਰ ਪੈਣ ਡਏ ਆ ਮਗਰ। ਚੱਲ ਮੰਮੀ ਦਾ ਤੂੰ ਸੁਭਾਅ ਤੋਂ ਅਣਜਾਣ ਥੋੜ੍ਹਾ ਵਾ, ਠੀਕ ਆ, ਕੱਢ ਦੇਂਗੇ ਫਿਰ ਕੱਪੜੇ। ਕੱਪੜੇ ਤੁਹਾਨੂੰ ਆਪ ਹੀ ਕੱਢਣੇ ਪੈਣੇ ਆ। ਚੰਗਾ ਜੀ। ਕੁੜੀ ਨੂੰ ਲੈ ਕੇ ਜਾਣਾ ਜੇ ਇਹ ਨਾ ਗੱਡੀ ਅੱਗੇ ਲੰਘਾਈ ਜਾਏ। ਚੇਤਾ ਵਾ ਮੈਨੂੰ, ਕੱਪੜੇ ਰੱਖ ਲਏ ਨਾ ਉਹਦੇ। ਚੇਤਾ ਆ ਮੈਨੂੰ। ਵਿਹਲਿਆਂ ਵੀ ਕਿਹੜਾ ਟਾਈਮ ਲੰਘਦਾ ਆ, ਲੰਮੇ ਪੈ ਪੈ ਕੇ ਤੇ ਸਰੀਰ ਹੀ ਦੁਖਣ ਡੈ ਪਿਆ। ਥੋੜ੍ਹਾ ਥੋੜ੍ਹਾ ਤੁਰਿਆ ਫਿਰਿਆ ਕਰਦੀ ਹਾਂ, ਥੋੜ੍ਹਾ ਥੋੜ੍ਹਾ ਹੁਣ ਕੰਮ ਵੀ ਕਰਦੀ ਹਾਂ, ਤਾਂ ਹੀ ਜਾ ਕੇ ਸਰੀਰ ਸੈੱਟ ਹੋਣ ਆਇਆ। ਹੈਂ।
ਕਾਰੋਬਾਰ ਵੀ ਚਲ ਗਿਆ ਆ, ਮੰਮੀ ਨੇ ਤੇ ਮਿਲਣ ਗਿਲਣ ਗਏ ਹੀ ਨਹੀਂ। ਮੈਨੂੰ ਲੱਗਦਾ ਜਿੱਥੋਂ ਤੱਕ ਇਹਨਾਂ ਨੂੰ ਪਤਾ ਹੀ ਨਹੀਂ ਆ ਹਾਲੇ ਤੱਕ, ਨਹੀਂ ਤੇ ਗੱਲ ਤਾਂ ਜ਼ਰੂਰ ਹੋਣੀ ਸੀ। ਮੰਮੀ ਨੇ ਤੇ ਚਾਹ ਦੇ ਮਾਰੇ ਪੈਰੀ ਜੁੱਤੀ ਨਹੀਂ ਪਾਉਣੀ ਤੇ ਦੌੜ ਜਾਣਾ ਸੀ ਪੇਕੇ ਚੜਾਉਣ ਉਹਨੂੰ। ਕਵਲ ਕਵਲ, ਹਾਂ ਦੱਸ, ਵਾਜਾਂ ਮਾਰੀ ਜਾਣ ਡਈ। ਆ ਵੇਖੋ ਇੱਧਰ, ਗੌਰਵ ਹੀ ਆ ਨਾ? ਹੈ ਤੇ ਗੌਰਵ ਹੀ ਆ। ਇਹ ਤੇ ਏਅਰਪੋਰਟ ਤੋਂ ਤੁਰਿਆ ਫਿਰਨ ਡਿਆ। ਏਅਰਪੋਰਟ ਤੇ ਤੁਰਿਆ ਨਹੀਂ ਫਿਰਨ ਡਿਆ, ਅਗਲਾ ਏਅਰਪੋਰਟ ਤੋਂ ਛੂੰ ਜਹਾਜੇ ਹੋ ਗਿਆ ਵਾ। ਸਟੋਰੀ ਵੇਖੋ ਕਿੰਨੇ ਚਿਰ ਦੀ ਪਾਈ ਆ, 20-22 ਘੰਟੇ ਹੋ ਗਏ ਸਟੋਰੀ ਪਾਈ ਨੂੰ। ਤੇ ਗਾੜੀ ਵਾਲੇ ਸਟੇਟਸ ਚੈੱਕ ਕਰੋ, ਆਈ ਐਮ ਗੋ ਟੂ ਕਨੇਡਾ। ਕੀ ਵੇਲੇ ਗੋਡੇ ਲੱਗ ਗਿਆ ਵਾ, ਕੀ ਗੱਲ, ਉਹ ਇਜਾਜ਼ਤ ਲੈਣੀ ਆ? ਉਹ ਬਹਿ ਜਾਓ ਚੁੱਪ ਕਰਕੇ, ਜਾਣ ਦਾ ਕੋਈ ਫਾਇਦਾ ਨਹੀਂ ਹੈਗਾ। ਆ ਵੇਖੋ ਇੱਧਰ, ਆ ਤੁਹਾਡੇ ਭਤੀਜੇ ਵੱਲ, ਏਅਰਪੋਰਟ ਤੇ 20 ਘੰਟੇ ਹੋ ਗਏ ਹੁਣ ਤੇ ਉੱਥੇ ਪਹੁੰਚ ਵੀ ਗਿਆ ਹੋਣਾ ਉਹ। ਆਹੋ, ਤੁਸੀਂ ਤਿਆਰੀ ਖਿੱਚੀ ਫਿਰਨ ਡੇ ਜਾ, ਇਹਨੂੰ ਰੱਖੜੀ ਬੰਨਣੀ ਆ ਜਾ ਕੇ ਪ੍ਰੀਤੋ ਨੇ। ਵੇ ਧਿਆਨ ਨਾ ਵੇਖ, ਕਿਸੇ ਯਾਰ ਦੋਸਤ ਨੂੰ ਚੜਾਉਣ ਗਿਆ ਹੋਣਾ ਵਾ, ਏਦਾਂ ਤੇ ਹੋ ਹੀ ਨਹੀਂ ਸਕਦਾ ਹੈਗਾ ਕਿ ਗੌਰਵ ਮੇਰੇ ਤੋਂ ਬਗੈਰ ਚੱਲ ਜਾਊਗਾ। ਮੰਮੀ ਆ ਵੇਖੋ, ਮਾਮੀ ਵੀ ਨਾਲ ਤੇ ਮਾਮਾ ਵੀ ਨਾਲ, ਮਾਮਾ ਮਾਮੀ ਵੀ ਚੱਲ ਗਏ ਯਾਰ ਕਿਸੇ ਯਾਰ ਦੋਸਤ ਨੂੰ ਚੜਾਉਣ, ਇਹੋ ਗਿਆ ਜੇ ਮੁੰਡਾ। ਮੈਂ ਨਹੀਂ ਮੰਨਦੀ, ਇਹ ਕੰਮ ਨਹੀਂ ਕਦੀ ਹੋ ਸਕਦਾ। ਨਹੀਂ ਮੰਨਦੇ ਫਿਰ ਫੋਨ ਕਰਕੇ ਪੁੱਛ ਲਓ ਫਿਰ, ਹੋਰ ਕੀ ਆ, ਮੰਮੀ ਜੇ ਯਾਰ ਦੇ ਸਟੇਟਸ ਲਾਉਂਦਾ ਤੇ ਯਾਰ ਵੀ ਤੇ ਨਾਲ ਹੁੰਦਾ, ਸਿਰਫ ਇਕੱਲਾ ਹੀ ਤੁਰਿਆ ਫਿਰਨ ਡਿਆ ਵਾ ਨਾਲ ਮਾਮਾ ਮਾਮੀ। ਇੱਧਰ ਫੜਾ ਹਾਂ, ਮੈਂ ਵੇਖਣੀ ਆ ਨਾ ਚੱਜ ਨਾਲ, ਵੇਖਣਾ ਤਾਂ ਤੁਹਾਨੂੰ ਹੁੰਦਾ ਨੀਗਾ ਹੈਗਾ। ਚਲੋ ਵੇਖ ਲਓ ਚੰਗੀ ਤਰ੍ਹਾਂ, ਸ਼ੱਕ ਕੱਢ ਲਿਓ ਆਪਣਾ ਪੂਰਾ। ਆ ਲਓ ਆ ਜੀ, ਆ ਹੁਣੇ ਪਿਆ ਜਾ ਤਾਜ਼ਾ ਜੀ, ਆ ਤਾਜ਼ਾ ਸਟੇਟਸ ਜੇ ਹੁਣੇ ਹੀ, ਆ ਉੱਥੋਂ ਦੇ ਏਅਰਪੋਰਟ ਦੀ ਫੋਟੋ ਜੇ, ਆ ਲਓ ਵੇਖ ਲਓ ਹੁਣ ਚੰਗੀ ਤਰ੍ਹਾਂ, ਅਜੇ ਵੀ ਸ਼ੱਕ ਨਿਕਲਿਆ ਕਿ ਨਹੀਂ ਨਿਕਲਿਆ? ਵੇਖ ਲਿਆ ਵਾ, ਠੀਕ ਆ, ਮੰਨ ਗਈ ਆ। ਪਿੰਦਰਾ, ਆਹ ਕਿਹੜਾ ਕੰਮ ਕੀਤਾ ਜੀ, ਆਪਣੀ ਭੈਣ ਕੋਲੋਂ ਹੀ ਚੋਰੀ? ਤੈਨੂੰ ਮਾਸਾ ਸ਼ਰਮ ਨਹੀਂ ਆਈ ਹੈਗੀ ਵੀ ਮੈਂ ਚੋਰੀ ਚੋਰੀ ਮੁੰਡਾ ਭੇਜ ਦਿੱਤਾ ਵਾ? ਇੱਦਾਂ ਨਹੀਂ ਤੈਨੂੰ ਕਰਨਾ ਚਾਹੀਦਾ। ਮੰਮੀ ਮਾਮੀ ਤੇ ਉਦਣ ਹੀ ਬੜੀ ਔਖੀ ਸੀ ਜਦੋਂ ਉਹਨੂੰ ਪੈਸੇ ਦਿੱਤੇ ਸੀ, ਪੱਕਾ ਮਾਮੀ ਨੇ ਨੀ ਜੇ ਅੱਗੇ ਹੋਣ ਦਿੱਤਾ। ਇਸੇ ਚਵਲ ਦਾ ਕਸੂਰ ਹੀ, ਮੈਨੂੰ ਹੁਣ ਪਤਾ ਲੱਗ ਗਿਆ, ਪਿੰਦਰ ਦਾ ਕੋਈ ਕਸੂਰ ਨਹੀਂ, ਇਹ ਮਾਂ ਦਾ ਕਸੂਰ ਹੈ ਅਜੀ ਦਾ। ਕਿਉਂ ਨਹੀਂ ਕਸੂਰ ਮੰਮੀ ਮਾਮੇ ਦਾ? ਮਾਮਾ ਕਹਿ ਨਹੀਂ ਸਕਦਾ, ਮਾਮਾ ਜ਼ੁਰਤ ਨਹੀਂ ਰੱਖ ਸਕਦਾ, ਕਸੂਰ ਨਹੀਂ ਇਹ ਮਾਮੇ ਦਾ। ਜ਼ੁਰਤ ਰੱਖਣ ਜੋਗਾ ਹੁੰਦਾ ਤੇ ਇੱਥੇ ਤੱਕ ਗੱਲ ਕਿਉਂ ਪਹੁੰਚਦੀ? ਤੇ ਫਿਰ ਕਿਉਂ ਆਖੀ ਜਾਂਦੇ ਜੇ ਕਿ ਮਾਮੇ ਦਾ ਨਹੀਂ ਹੈਗਾ ਕਸੂਰ? ਮੈਂ ਕਹਿੰਦਾ ਕਸੂਰ ਹੀ ਸਾਰਾ ਮਾਮੇ ਦਾ ਵਾ। ਜ਼ੁਰਤ ਰੱਖਦਾ ਤੇ ਫਿਰ ਹੀ ਨਹੀਂ ਨਾ ਕਸੂਰ ਹੋਣਾ। ਨਾ ਬੰਨ ਲਓ ਰੱਖੜੀ, ਇਹੋ ਜਿਹੀ ਰੱਖੜੀ ਬੰਨਣ ਜਾਣਾ, ਰੱਖੜੀ ਬੰਨਣ ਜਾਣਾ। ਹਾਏ ਹਾਏ, ਵੇ ਚੇਤਾ ਆ ਗਿਆ ਜੀ, ਕੁੜੀ ਤੇ ਅੱਧ ਚ ਪਹੁੰਚ ਗਈ ਹੋਣੀ ਆ, ਤੇ ਉਹਦੀ ਇੱਜ਼ਤ ਕੀ ਰਹੂਗੀ ਉੱਥੇ ਜਾ ਕੇ? ਛੇਛੇ ਦੀ ਕਰ ਫੋਨ ਲਾ ਉਹਨੂੰ, ਤੇ ਉਹਨੂੰ ਰੋਕ ਲਈਏ ਉਹ ਮੋੜ ਆਏ। ਮਾੜੀ ਹੋ ਗਈ ਆ। ਲਓ ਕਰੋ ਗੱਲ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੰਮੀ ਜੀ। ਕਿੱਥੇ ਕੁ ਪਹੁੰਚ ਗਏ ਜੇ ਤੁਸੀਂ? ਹਾਂਜੀ ਹਾਂਜੀ ਮੰਮੀ ਜੀ,
ਆਪਾਂ ਘਰੋਂ ਨਾ ਕਦੇ ਤੇ ਤੁਰੇ ਆ ਤੇ ਬਸ ਹੁਣ ਇੱਥੋਂ ਗੁਰਮੇਰ ਨੂੰ ਲੈ ਕੇ ਨਾ ਫਿਰ ਤੁਰ ਪੈਣਾ ਵਾ ਤੇ ਤੁਸੀਂ ਵੀ ਇਧਰੋਂ ਤੁਰ ਪੋ ਵੀ। ਮੈਨੂੰ ਤੇ ਬੜੀ ਖੁਸ਼ੀ ਹੋਣ ਡੀ ਆ ਕਿ ਮੈਂ ਨਾਨਕੇ ਚੱਲੀ ਆ ਰੱਖੜੀਆਂ ਲੈ ਕੇ। ਇੱਥੋਂ ਵਾਪਸ ਮੁੜ ਜਾਓ, ਕੋਈ ਫਾਇਦਾ ਨਹੀਂ ਹੋਣਾ ਜਾਣ ਦਾ। ਹੈ ਜਾਣਾ ਨੀ, ਕਿਉਂ ਹੁਣ ਕੀ ਗੱਲ ਹੋ ਗਈ ਆ? ਨਹੀਂ ਗੱਲ ਬੜੀ ਵੱਡੀ ਹੋ ਗਈ ਆ, ਜਿਹਨੂੰ ਤੂੰ ਰੱਖੜੀ ਬੰਨਣ ਜਾਣ ਡਈ ਆ ਨਾ ਉਹ ਤੇ ਕੈਨੇਡਾ ਹੀ ਪਹੁੰਚ ਗਿਆ ਆ। ਹਾਡੀ ਹੋ ਗਈ ਆ ਇਹਨਾਂ ਵਾਲੀ, ਇਹਨਾਂ ਨੇ ਸਾਨੂੰ ਦੱਸਿਆ ਕਿਉਂ ਨੀ ਆ ਵੀ? ਹਾਏ ਮੰਮੀ, ਹੁਣ ਤੇ ਆਪਾਂ ਇੱਧਰ ਨੂੰ ਤੁਰ ਪਏ ਆ ਤੇ ਜੇ ਹੁਣ ਮੈਂ ਵਿੱਕੀ ਨੂੰ ਆਹ ਗੱਲ ਦੱਸਤੀ ਤੇ ਵਿੱਕੀ ਨੇ ਤੇ ਮੈਨੂੰ ਇੱਥੇ ਮਾਰ ਦੇਣਾ ਵਾ, ਹੁਣ ਮੈਂ ਕੀ ਕਰਾਂ ਵੀ? ਨਹੀਂ ਜਿੱਦਾਂ ਮਰਜ਼ੀ ਵੀ ਕਰ, ਇਹਨੂੰ ਵਾਪਸ ਲੈ ਜਾ। ਜੇ ਤੁਸੀਂ ਉੱਥੇ ਪਹੁੰਚ ਗਏ ਨਾ ਤੇ ਤੇਰੀ ਬੇਇੱਜ਼ਤੀ ਬੜੀ ਹੋਣੀ ਓ, ਉਹ ਤੇ ਅੱਗੇ ਨਹੀਂ ਤੈਨੂੰ ਛੱਡਦਾ ਤੇ ਉਹਨੇ ਆ ਕੇ ਸਗੋਂ ਨਹੀਂ ਤੈਨੂੰ ਛੱਡਣਾ ਹੈਗਾ। ਮੰਮੀ ਮੈਨੂੰ ਤੇ ਹੁਣ ਇਹ ਗੱਲ ਦਾ ਡਰ ਲੱਗੀ ਜਾਣ ਡਿਆ ਵਾ, ਮੈਂ ਤੈਨੂੰ ਧੱਕੇ ਨਾਲ ਮਨਾ ਕੇ ਲਿਆਈ ਆ, ਇਹ ਤੇ ਮੰਨਦਾ ਹੀ ਨਹੀਂ ਸੀ ਉਧਰ ਨੂੰ ਜਾਣ ਨੂੰ। ਮੈਂ ਸਗੋਂ ਕਿਹਾ ਕਿ ਮਾਮੇ ਦੇ ਮੁੰਡੇ ਨੇ ਬਾਹਰ ਚੱਲ ਜਾਣਾ ਵਾ ਤੇ ਫਿਰ ਮੈਂ ਰੱਖੜੀ ਕਿੱਦਾਂ ਬੰਨੂਗੀ ਵੀ, ਤੇ ਚੱਲ ਮੈਂ ਫਿਰ ਬਾਹਰ ਭੇਜ ਦਿਆ ਕਰਾਂਗੀ, ਚਾਰ ਪੈਸੇ ਭੇਜਿਆ ਕਰੂਗਾ, ਗਿਫਟ ਭੇਜਿਆ ਕਰੂਗਾ ਵੰਨ ਸਵੰਨੇ, ਤੇ ਹੁਣ ਮੈਂ ਕੀ ਕਰਾਂ? ਕਿਹੜੇ ਮੂੰਹ ਮੈਂ ਇਹਨੂੰ ਜਵਾਬ ਦੇਵਾਂ ਕਿ ਉਹ ਚੱਲ ਗਿਆ ਬਾਹਰ ਦੱਸਣ ਤੋਂ ਬਿਨਾਂ ਹੀ? ਨਹੀਂ ਹਾਂ ਗੱਲਾਂ ਕਰਨ ਦਾ ਵੇਲਾ ਨਹੀਂ ਹੁਣ, ਇਹਨੂੰ ਛੇਤੀ ਛੇਤੀ ਬਹਾਨਾ ਮਾਰ ਕੇ ਨਾ ਤੇ ਘਰ ਵਾਪਸ ਲੈ ਆ। ਮੰਮੀ ਮੈਂ ਤੇ ਨਾਨਕਿਆਂ ਦੀ ਟੋਰ ਹੀ ਬਣਾ ਬਣਾ ਕੇ ਖੱਪ ਗਈ ਵਿੱਕੀ ਸਾਹਮਣੇ ਕਿ ਮੇਰੇ ਤੇ ਨਾਨਕੇ ਚੰਗੇ ਬੜੇ, ਮਾਮੇ ਦਾ ਮੁੰਡਾ ਉਤੋਂ ਵੱਧ ਚੰਗਾ, ਤੇ ਆਹ ਤੇ ਮਿੰਟਾਂ 'ਚ ਉਹਦੀ ਮੇਰੇ ਸਿਰ 'ਤੇ ਸਵਾਹ ਪਾ ਕੇ ਚੱਲ ਗਿਆ ਵਾ। ਨਹੀਂ ਤੂੰ ਸਵਾਹ ਕਹਿੰਦੀ ਆ, ਮੇਰੇ ਤੇ ਧੌਲੇ ਝੱਟ ਸਵਾਹ ਵੀ ਤੇ ਨਾਲ ਖੇਹ ਵੀ ਪੈ ਗਈ ਆ, ਇਹ ਆਪਣੇ ਬਗਾਨੇ ਹੋ ਗਏ ਆ, ਇਹਨਾਂ ਕਿਤੇ ਮੈਨੂੰ ਪੁੱਛਿਆ ਤੱਕ ਨਹੀਂ ਹੈਗਾ, ਸ਼ਰਮ ਹੀ ਨਹੀਂ ਆਈ ਕਿਤੇ ਮਾਸਾ ਜਿੰਨੀ ਵੀ ਇਹਨਾਂ ਨੂੰ ਮੁੰਡੇ ਨੂੰ ਤੋਰਨ ਲੱਗਿਆ। ਚਲੋ ਮੰਮੀ ਠੀਕ ਆ, ਹੁਣ ਵਿੱਕੀ ਆ ਗਏ ਆ ਨਾ, ਮੈਂ ਤੁਹਾਡੇ ਨਾਲ ਬਾਅਦ 'ਚੋਂ ਗੱਲ ਕਰਦੀ ਹਾਂ। ਚੰਗਾ ਚੱਲ ਠੀਕ ਆ ਫਿਰ, ਚੰਗਾ। ਚੱਕਰ ਜੇ ਆਈ ਜਾਣ ਡੇ ਆ ਤੇ ਮੈਂ ਤੇ ਕਹਿਣ ਡੀ ਆ ਏਦਾਂ ਕਰੀਏ ਘਰ ਨੂੰ ਚੱਲ ਜਾਈਏ, ਕੱਲ ਨੂੰ ਆ ਜਾਂਗੇ। ਹਾਂ ਗੱਲ ਹੋਈ, ਕੱਲ ਨੂੰ ਆ ਜਾਂਗੇ, ਦਿਮਾਗ ਸਹੀ ਆ ਤੇਰਾ, ਚੰਗੇ ਭਲੇ ਤਿਆਰ ਹੋ ਗਏ, ਹੁਣ ਆਏ ਆ ਹੁਣ ਕੱਲ ਨੂੰ ਆ ਜਾਂਗੇ, ਪਖੰਡ ਫੜਿਆ ਤੂੰ ਤੇ। ਮੈਨੂੰ ਕਾਲੀ ਜ਼ਿਆਦਾ ਪਈ ਜਾਣ ਡੀ ਆ, ਮੈਂ ਕੀ ਕਰਾਂ? ਮੈਂ ਤੈਨੂੰ ਆਪ ਹੀ ਕਿਹਾ ਸੀ ਨਾ ਨਾਨਕੇ ਚੱਲੀਏ, ਹੁਣ ਮੈਂ ਤੈਨੂੰ ਆਪ ਹੀ ਮਨਾ ਕਰਨ ਡੀ ਆ, ਮੈਂ ਨਹੀਂ ਜਾਣਾ, ਮੇਰੀ ਵਾਹ ਪੇਸ਼ ਨਹੀਂ ਹੈਗੀ ਜਾਣ ਦੀ। ਮੈਨੂੰ ਇੱਦਾਂ ਲੱਗੀ ਜਾਣ ਡਿਆ ਜਿੱਦਾਂ ਮੇਰੇ ਸਰੀਰ ਦੇ ਵਿੱਚ ਨਾ ਸਾਹ ਸੱਤੇ ਨਹੀਂ ਹੁੰਦੇ। ਚੱਲ ਕੋਈ ਨਹੀਂ, ਇੱਥੇ ਡਾਕਟਰ ਕੋਲ ਤੈਨੂੰ ਲਵਾਉਣਾ ਤਾਕਤ ਦਾ ਟੀਕਾ, ਆਪੇ ਆ ਜਾਣੇ ਸਾਹ ਸੱਤੇ ਤੇਰੇ ਸਰੀਰ। ਨਹੀਂ ਨਹੀਂ ਮੈਂ ਡਾਕਟਰ ਕੋਲ ਨਹੀਂ ਜਾਣਾ ਹੈਗਾ, ਮੈਂ ਕੋਈ ਦਵਾਈ ਦਵੂਈ ਨਹੀਂ ਖਾਣੀ, ਮੈਨੂੰ ਘਰ ਲੈ ਜਾਓ, ਮੈਂ ਠੀਕ ਹੋ ਜਾਣਾ। ਵੇਖ ਲਾ ਜੇ ਹੁਣ ਘਰ ਚੱਲ ਗਈ ਤੇ ਬਾਅਦ ਚ ਮੈਨੂੰ ਕਿਤੇ ਜਾਣ ਵੱਲੋਂ ਕਹਿਣਾ ਨਹੀਂ ਹੈਗਾ। ਮੈਂ ਨਹੀਂ ਕਹਿੰਦੀ, ਮੈਂ ਨਹੀਂ ਕਿਤੇ ਵੀ ਵਾਂਡੇ ਵੂੰਡੇ ਜਾਇਆ ਕਰਨਾ, ਮੈਂ ਬਸ ਘਰ ਜਾਣਾ ਵਾ। ਤੇਰਾ ਵੀ ਪਤਾ ਨਹੀਂ ਲੱਗਦਾ, ਮਿੰਟ ਦੇ ਵਿੱਚ ਪਤਾ ਨਹੀਂ ਤੈਨੂੰ ਕੀ ਹੋ ਜਾਂਦਾ ਵਾ। ਐਸੀ ਛੱਡੋ ਛੱਡੀ ਛੱਡਿਆ ਤਾਂ ਹੈਗਾ ਐਸੀ, ਹੋਰ ਮੈਂ ਦੱਸ ਕਿੰਨਾ ਕੇ ਐਸੀ ਛੱਡਦਾ ਇੱਥੇ, ਫ੍ਰੀਜ਼ਰ ਲੈ ਲੈਣਾ ਇੱਕ, ਉਹਦੇ ਵਿੱਚ ਤੈਨੂੰ ਲਾ ਦਿੰਨਾ। ਪਹਿਲਾਂ ਕਾਹਲੀ ਪਾਈ ਸੀ ਚੱਲੀਏ 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 ਤੇ ਹੁਣ ਮੇਰੇ ਜੀ ਨੂੰ ਕੁਛ ਹੁੰਦਾ ਵਾ, ਪਖੰਡ ਤੇ ਨਹੀਂ ਡਈ ਕਰਨਾ? ਮੈਂ ਕਿਹੜੇ ਕੋਲੋਂ ਪਖੰਡ ਕਰਨੇ ਆ, ਮੇਰੇ ਤੇ ਕੁਝ ਬੋਲਿਆ ਨਹੀਂ ਜਾਣ ਡਿਆ ਚੱਜ ਦੇ ਨਾਲ ਤੇ ਮੈਂ ਪਖੰਡ ਕਰਨੇ ਆ ਇੱਥੇ। ਵੇਖ ਲਾ ਜੇ ਜ਼ਿਆਦੀ ਤੰਗ ਆ ਤਾਂ ਜੇ ਵੀ ਹਸਪੀਟਲ ਚਲ ਜਾਂਦੇ ਆ। ਮੇਰੀ ਅੱਖਾਂ ਅੱਗੇ ਨਾ ਤਾਰੇ ਤਾਰੇ ਜੇ ਆਈ ਜਾਂਦੇ ਆ। ਤਾਰੇ ਆਉਣ ਡਿਆ? ਹਾਂਜੀ। ਧਰਮਰਾਜ ਤੇ ਨਹੀਂ ਦਿਖਣ ਡਿਆ ਕਿਤੇ? ਹੈਂ ਜਾਂ ਉਹਦੇ ਜਮਦੂਤ? ਉਹਦੇ ਤੇ ਨਹੀਂ ਦਿਖਣ ਡਿਆ, ਤੁਸੀਂ ਜ਼ਰੂਰ ਅੱਗੇ ਅੱਗੇ ਦਿਖੀ ਜਾਂਦੇ ਜੇ ਕਾਲੇ ਕਾਲੇ ਪਾਸੇ। ਅੱਛਾ ਹਾਂ।
ਵੇਖੀ ਮੈਂ ਹਾਂ ਸ਼ਾਇਦ ਹਨੇਰਾ ਹੋਣ ਡਿਆ ਖਾ ਗਾੜੀ ਕਿਤੇ ਧਰਮਰਾਜ ਨੇ ਆਪਣੇ ਜਮਦੂਤ ਨਾ ਭੇਜਤੇ ਹੋਣ। ਆਹੋ ਤੁਸੀਂ ਤੇ ਕਹਿੰਦੇ ਹੋਣੇ ਕਿ ਛੇਤੀ ਜਮਦੂਤ ਹੋਣ ਤੇ ਇਹਨੂੰ ਚੁੱਕ ਕੇ ਗਾਂ ਲੈ ਜਾਣਾ ਤੇ ਮੈਂ ਕਿਹਾ ਹੋਰ ਨਾ ਵਿਆਹ ਕਰਾ ਲਾਂ, ਇਹ ਕੰਮ ਨਹੀਂ ਮੈਂ ਹੋਣ ਦੇਣਾ, ਭਾਵੇਂ ਮੈਂ ਮਰ ਵੀ ਗਈ ਨਾ ਰਹੂੰਗੀ ਤੁਹਾਡੇ ਨਾਲ ਹੀ। ਉਹ ਤਾਂ ਮੈਨੂੰ ਪਹਿਲਾਂ ਪਤਾ ਵਾ ਤੇਰਾ, ਮਰਨ ਤੋਂ ਬਾਅਦ ਵੀ ਤੂੰ ਭੂਤ ਬਣ ਕੇ ਮੇਰੇ ਸਿਰਾਣੇ ਬੈਠੀ ਰਿਹਾ ਕਰਨਾ। ਚੰਗਾ ਭਲਾ ਮੈਂ ਇਹਨੂੰ ਗੱਡੀ 'ਚ ਛੱਡ ਕੇ ਗਿਆ ਵਾਂ, ਇੱਕ ਮਿੰਟ ਦੇ ਵਿੱਚ ਇਹਨੂੰ ਕੀ ਹੋ ਗਿਆ ਵਾ ਜਿਹੜੇ ਇੰਨੇ ਪਖੰਡ ਕਰਨ ਡਿਆ ਵੀ ਆ। ਓਹੋ ਜਦੋਂ ਮੈਂ ਉਤਰਿਆ ਸੀ ਤੇ ਇਹਦੀ ਮਾਂ ਦਾ ਫੋਨ ਆਇਆ ਸੀ, ਉਹਨੇ ਕੋਈ ਨਾ ਕੋਈ ਕਾਨੇ 'ਤੇ ਜਵਾਲਾ ਪਾ ਤਾ ਹੋਣਾ, ਪੱਕੀ ਗੱਲ ਆ। ਹੋਰ ਇਹਨੂੰ ਕਿਹੜਾ ਗੋਲਾ ਵੱਜ ਗਿਆ ਅੰਦਰ ਬੈਠੀ ਨੂੰ ਏਸੀ 'ਚ। ਸ਼ੁਕਰ ਆ ਮਨਾ ਆ ਥੋੜ੍ਹੇ ਜਿਹੇ ਪਖੰਡ ਕੀਤੇ ਅਤੇ ਗੱਡੀ ਇਹਨਾਂ ਨੇ ਮੋੜ ਲਈ ਆ, ਬਲਾ ਤਾਂ ਨਹੀਂ ਅਜੇ ਟਲੀ ਹੈਗੀ, ਘਰ ਘਰ ਜਾ ਕੇ ਕਲਾਸ 'ਤੇ ਲੱਗਣੀ ਆ, ਪਰ ਇਹ ਆ ਘਰ ਦੀ ਘਰ ਵੇਖੀ ਜਾਊਗੀ, ਇੱਥੋਂ ਤਾਂ ਬਚ ਗਈ ਨਾ ਹੁਣ। ਇੱਦਾਂ ਹੁੰਦੀ ਆ ਜਦੋਂ ਘਰਦਿਆਂ ਨੂੰ ਪਿੱਛੇ ਕਰਕੇ ਅਤੇ ਦੂਜਿਆਂ ਨੂੰ ਅੱਗੇ ਰੱਖੀਏ, ਮੰਨਿਆ ਕਿ ਉਹ ਮੰਮੀ ਦੇ ਪੇਕੇ ਸੀ, ਪਰ ਮੰਮੀ ਨੇ ਹਰ ਗੱਲ ਦੇ ਵਿੱਚ ਪੇਕਿਆਂ ਨੂੰ ਅਤੇ ਧੀ ਨੂੰ ਅੱਗੇ ਰੱਖ ਛੱਡਿਆ ਅਤੇ ਸਾਨੂੰ ਨੂੰਹ ਪੁੱਤ ਨੂੰ ਘਰਦਿਆਂ ਨੂੰ ਬਗਾਨਿਆਂ ਵਾਂਗੂ ਪਛਾਹ ਕਰ ਛੱਡਿਆ ਹਰ ਗੱਲ ਦੇ ਵਿੱਚ, ਸਾਡੀ ਬੇਇੱਜ਼ਤੀ ਹੁੰਦੀ ਰਹੀ। ਪਰ ਹੁਣ ਜਿਹੜੀ ਬੇਇੱਜ਼ਤੀ ਹੋਈ ਆ ਨਾ, ਇਹ ਤਾਂ ਮੰਮੀ ਨੇ ਕਦੀ ਸੋਚੀ ਵੀ ਨਹੀਂ ਹੋਣੀ ਕਿ ਮੇਰੇ ਆਪਣੇ ਹੀ ਮੇਰੇ ਨਾਲ ਐਡਾ ਵੱਡਾ ਧੋਖਾ ਕਰਨਗੇ, ਅਤੇ ਹੁਣੀ ਵੀ ਇੱਦਾਂ ਹੀ ਚਾਹੀਦੀ ਆ। ਜਦੋਂ ਦੂਜਿਆਂ ਦੇ ਗੁਣ ਗਾਉਣੇ ਆ ਨਾ ਜਿਨ੍ਹਾਂ ਨੇ ਦੂਰੋਂ ਦੁਰਾਡਿਓ ਆਉਣਾ ਅਤੇ ਲਾਗੇ ਵਾਲਿਆਂ ਨੂੰ ਜਦੋਂ ਪੁੱਛਣਾ ਨਹੀਂ, ਫਿਰ ਇੱਦਾਂ ਹੀ ਹੁੰਦੀ ਆ। ਉਦੋਂ ਦੇ ਬੜੇ ਭਰ ਭਰ ਕੇ ਝੋਲੇ ਖੜਦੇ ਹੁੰਦੇ ਸੀ, ਆਹ ਵੀ ਮੈਂ ਪੇਕੇ ਲੈ ਜਾਂ, ਫਰੂਟ ਵੀ ਮੈਂ ਪੇਕੇ ਲੈ ਜਾਂ। ਹੁਣ ਪਤਾ ਲੱਗਾ ਨਾ ਪੇਕਿਆਂ ਦਾ ਕਿੰਨੀ ਕੁ ਇੱਜ਼ਤ ਕਰਦੇ ਆ, ਖਾਣ ਨੂੰ ਹੀ ਸਾਰੇ ਗਾਂਹ ਹੁੰਦੇ ਆ, ਘਰ ਆਪਣਾ ਹੀ ਹੁੰਦਾ ਆ, ਜਾਂ ਲਟਾ ਦਿਓ ਅਤੇ ਜਾਂ ਸੰਭਾਲ ਲਓ, ਦੂਜਿਆਂ ਨੇ ਤਾਂ ਬਸ ਖਾ ਕੇ ਅਤੇ ਆਉ ਗਿਆ, ਕੋਈ ਯਾਦ ਨਹੀਂ ਰੱਖਦਾ ਮੁੜ ਕੇ। ਕਮਲਾ ਮੇਰਾ ਫੋਨ ਤਾਂ ਦੇ ਦਿਓ। ਆ ਲੈ ਫੜ ਫੋਨ, ਬੜੀ ਕਾਹਲੀ ਪਈ ਸੀ ਸਾਰੀ ਗੱਲ ਦੱਸਣ ਦੀ, ਜੇ ਜਾ ਲੈਣ ਦਿੰਦੀ ਹੋ ਤਾਂ ਕੀ ਹੋ ਚੱਲਿਆ, ਨਾਲੇ ਉੱਥੇ ਜਾ ਕੇ ਮੈਂ ਉਹਨਾਂ ਦੀ ਲਾਹ ਪਾ ਕਰਕੇ ਆਉਂਦੀ, ਬੜੀ ਬਹਾਦਰੀ ਕੀਤੀ ਆ, ਛੇਤੀ ਛੇਤੀ ਸਟੇਟਸ ਵਿਖਾਉਣ ਦਾ ਵੀ ਉਹਨੂੰ। ਮੰਮੀ ਜੇ ਉਹ ਦੱਸਦੀ ਨਾ ਤਾਂ ਫਿਰ ਤੁਸੀਂ ਆਖਣਾ ਸੀ ਕਿ ਇਹਨੂੰ ਪਤਾ ਵੀ ਹੈਗਾ ਸੀ, ਤੁਹਾਨੂੰ ਦੱਸਿਆ ਨਹੀਂ ਇਹਨੇ, ਤੁਸੀਂ ਕਿਸੇ ਪਾਸੇ ਵੀ ਜੀਣ ਦਿੰਦੇ ਜੇ ਕਿ ਨਹੀਂ। ਉੱਥੇ ਮੈਨੂੰ ਜਾ ਤਾਂ ਲੈਣ ਦਿੰਦੇ, ਮੈਂ ਸਾਰਾ ਗੁੱਸਾ ਉੱਥੇ ਕੱਢ ਕੇ ਆਉਣਾ ਸੀ। ਤੇ ਹੁਣ ਚਲ ਜਾਓ, ਹੁਣ ਕੀ ਹੋ ਗਿਆ? ਚਲ ਜਾਂਗੇ ਹੁਣ ਜਦੋਂ ਮੇਰਾ ਜੀ ਕਰੇਗਾ। ਹੁਣ ਜਾਣਾ ਵਾ ਕਿ ਜਾਂ ਕਿੱਦਾਂ ਕਰਨਾ? ਹੁਣ ਨਹੀਂ ਮੈਂ ਜਾਣਾ ਹੈਗਾ, ਜਦੋਂ ਜਾਣਾ ਸੀ ਉਦੋਂ ਤਾਂ ਤੁਸੀਂ ਮੈਨੂੰ ਡੱਕਾ ਪਾਤਾ। ਇਹਨੂੰ ਕਹਿੰਦੇ ਜੇ ਗੁੱਸਾ ਘੁੰਮਿਆਰ ਤੇ ਕੰਨ ਮਰੋੜੇ ਖੋਤੇ ਦੇ, ਹੋਰ ਨਹੀਂ ਕਹੋ ਤੇ ਮੇਰੇ ਦੁਆਲੇ ਹੋ ਜਾਂਦੇ ਆ ਹਰ ਗੱਲ ਦੇ ਵਿੱਚ। ਉੱਦਾਂ ਕਵਲ ਮਾੜੀ ਬੜੀ ਕੀਤੀ ਮੰਮੀ ਦੇ ਨਾਲ ਉਹਨਾਂ ਨੇ, ਮੰਮੀ ਨੂੰ ਤਾਂ ਚਾਅ ਹੀ ਬੜਾ ਸੀ ਆਪਣੇ ਭਤੀਜੇ ਦਾ ਕਿ ਉਹਨੂੰ ਮੈਂ ਚੜ੍ਹਾਉਣ ਜਾਣਾ, ਕਿੰਨੀ ਉਹਨੂੰ ਸ਼ੋਪਿੰਗ ਕਰਵਾਈ ਤੁਸੀਂ। ਉਹ ਇੱਦਾਂ ਹੀ ਆ, ਮਤਲਬ ਦੀਆਂ ਤਾਂ ਰਿਸ਼ਤੇਦਾਰੀਆਂ ਨੇ ਅੱਜ ਕੱਲ੍ਹ, ਜਿੰਨਾ ਚਿਰ ਕਿਸੇ ਨੂੰ ਫਾਇਦਾ ਦਿੰਦੇ ਰਹੋ ਉਹਨਾਂ ਚਿਰ ਜੀ ਹਜ਼ੂਰੀ ਬੜੇ ਚੰਗੇ ਆ, ਅਤੇ ਜਦੋਂ ਕਿਤੇ ਕੋਈ ਆਪਣਾ ਮਤਲਬ ਨਾ ਦਿਉ ਉਦੋਂ ਤੂੰ ਕੌਣ ਅਤੇ ਮੈਂ ਕੌਣ। ਇਹੋ ਜਿਹੇ ਇਹਨਾਂ ਦੇ ਕੋਲੋਂ ਪੈਸੇ ਨਾ ਮੰਗਦੇ ਤਾਂ ਕੋਈ ਗੱਲ ਨਹੀਂ ਸੀ, ਆਪੇ ਇਹਨਾਂ ਨੇ ਫੋਨ ਕਰਕੇ ਆਖਣਾ ਸੀ ਆ ਜਾ ਭੂਆ ਜੀ ਚਲੋ ਚੱਲੀਏ, ਅਤੇ ਹੁਣ ਪੈਸੇ ਮੰਗ ਲਏ ਸੀ, ਬਸ ਇਸੇ ਗੱਲ ਤੋਂ ਔਖੇ ਹੋ ਗਏ। ਉੱਦਾਂ ਕਿਸੇ ਦੀ ਕੀਤੀ ਦਾ ਕੋਈ ਯਾਦ ਨਹੀਂ ਰੱਖਦਾ ਅੱਜ ਕੱਲ੍ਹ, ਕੋਈ ਨਹੀਂ ਮੁੱਲ ਪਾਉਂਦਾ ਇੱਥੇ ਕਿਸੇ ਦਾ, ਬਸ ਆਪਣੇ ਫਾਇਦੇ ਨੂੰ ਹੀ ਆ ਸਾਰੇ, ਹੈ ਨਾ, ਇੱਕ ਦੂਜੇ ਨੂੰ ਮਿਲਦੇ ਵਰਤਦੇ ਕਿ ਜੇ ਤਾਂ ਮੈਨੂੰ ਇਹਦੇ ਕੋਲ ਫਾਇਦਾ ਵਾ ਤਾਂ ਫੇਰ ਹੀ ਮੈਂ ਇਹਦੇ ਜਾਵਾਂ ਵਾਂ, ਨਹੀਂ ਤਾਂ ਰਹਿਣ ਛੱਡ ਪਰਾਂ ਇਹਨਾਂ ਨੂੰ। ਸਹੀ ਗੱਲ ਆ।